ਹਕੂਮਤ ਰੂਸਾ ਚਲਾ ਰਹੀ ਹੈ। ਵਰਿੰਦਰ ਸਿੰਘ ਸਾਹਿਬ ਨੇ ਕਿਹਾ ਮੈਂ ਰਿਜ਼ਾਈਨ ਕਰ ਦਿਆਂਗਾ, ਉਹਨੇ ਕਿਹਾ ਮੈਂ ਤਾਂ ਵੇਟ ਕਰ ਰਹਾ ਹਾਂ ਇਸ ਬਾਤ। ਤੁਹਾਡਾ ਮੋਰਚਾ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹੈ, ਕਾਂਗਰਸ ਦੇ ਖਿਲਾਫ? ਨਹੀਂ, ਕੈਪਟਨ ਅਮਰਿੰਦਰ ਸਿੰਘ ਵੋਟ ਜਿਹਨੂੰ ਮਰਜ਼ੀ ਦਿਓ ਮਗਰ ਅਮਰਿੰਦਰ ਸਿੰਘ ਨੂੰ ਵੋਟ ਨਾ ਦਿਓ। ਅਸੀਂ ਕਾਂਗਰਸ ਨੂੰ ਬਚਾਉਣਾ ਚਾਹੁੰਦੇ ਹਾਂ, ਇਹ ਕਾਂਗਰਸ ਨੂੰ ਵੇਚ ਰਹੇ ਨੇ। ਮੈਂ ਇਹ ਵੀ ਖੁਲਾਸਾ ਕੀਤਾ ਕਿ 32 ਇਹਨਾਂ ਨੇ ਮੈਂਬਰ, 34 ਆਈ ਥਿੰਕ 34 ਜਾਂ 36 ਇਹਨਾਂ ਨੇ ਉੱਥੇ ਮੈਂਬਰ MLA ਇਹਨਾਂ ਨੇ ਬੁਲਾਏ ਸੀ। 36 ਦੇ ਵਿੱਚੋਂ ਇਹਨਾਂ ਨੇ ਕਿਹਾ ਸੀ ਮੈਂ ਪਾਰਟੀ ਤੋੜ ਰਿਹਾ ਹੈਗਾ ਜਦੋਂ ਇਹਨਾਂ ਨੂੰ ਰਾਹੁਲ ਗਾਂਧੀ ਨਹੀਂ ਮਿਲ ਰਹੇ ਸੀ। ਕਾਂਗਰਸ ਦੇ ਲੀਡਰ ਕਾਂਗਰਸ ਦੇ ਖਿਲਾਫ ਹੀ ਜਿਹੜਾ ਬੋਲ ਰਹੇ ਨੇ, ਤੇ ਤੁਹਾਨੂੰ ਕੀ ਲੱਗਦਾ ਕਿ ਟਿਕਟਾਂ ਨਾ ਮਿਲਣ ਦੀ ਵੀ ਨਾਰਾਜ਼ਗੀ ਹੈ ਕਿਤੇ ਨਾ ਕਿਤੇ, ਤਾਂ ਕਰਕੇ ਸਾਰੇ ਲੀਡਰ ਜਿਹੜੇ ਆਪਣੀ ਸਰਕਾਰ ਤੇ ਸਵਾਲ ਚੁੱਕ ਰਹੇ ਨੇ? ਹਾਂ ਦੇਖੋ, ਹੁਣ ਆ ਵੀ ਤੁਹਾਡਾ ਕੁਐਸਚਨ ਅੱਛਾ, ਮੈਂ ਤਾਂ ਚੁੱਕਦੇ, ਚਲੋ ਮੈਂ ਤਾਂ ਕਹਾਂਗਾ ਜੀ ਮੈਨੂੰ ਤਾਂ ਮੇਰਾ ਰਾਈਟ ਸੀ, ਮੈਂ 37 ਸਾਲ ਕੰਮ ਕੀਤਾ। ਮੈਨੂੰ ਤੁਸੀਂ ਇਹ ਦੱਸੋ ਸ਼ਮਸ਼ੇਰ ਸਿੰਘ ਦੁੱਲੂ ਤੋਂ ਰਾਜ ਸਭਾ ਮੈਂਬਰ, ਉਹਨਾਂ ਨੇ ਇਹ ਕੁਐਸਚਨ ਕਿਉਂ ਕੀਤੇ ਜਿਹੜੇ ਮੈਂ ਕਰ ਰਿਹਾ? ਕਾਂਗਰਸ ਦੇ ਬਾਗੀ ਆਗੂ ਗੁਰਵਿੰਦਰ ਸਿੰਘ ਬਾਲੀ ਨੇ ਕੀਤੇ ਵੱਡੇ ਖੁਲਾਸੇ, ਕੈਪਟਨ ਤੇ ਅਰੂਸਾ ਤੇ ਸਾਦੇ ਨਿਸ਼ਾਨੇ। ਪੂਰੀ ਇੰਟਰਵਿਊ ਲਈ ਦੇਖੋ ਵਿਜ਼ਨ ਪੰਜਾਬ TV।